ਤੇ ਗੱਲ ਇਹ ਹੈ ਵੀ ਇਹਨਾਂ ਨਾ ਫਰਵਰੀ 'ਚ ਇਲੈਕਸ਼ਨ ਹੋ ਜਾਣ 8 ਤਰੀਕ ਨੂੰ, ਅੱਜ ਹੁਣ ਮਈ ਵੀ ਖਤਮ ਹੀ ਹੋਣ ਵਾਲਾ, ਹੁਣ ਮਤਲਬ ਜੂਨ ਆ ਗਿਆ, ਅੱਜ ਤੱਕ ਰੌਲਾ ਨਹੀਂ ਮੁੱਕਦਾ ਪਿਆ ਉਹਨਾਂ ਦਾ। ਅੱਜ ਨਵੀਂ ਖਬਰ ਆਈ ਹੈ ਇਸਲਾਮਾਬਾਦ ਹਾਈ ਕੋਰਟ 'ਚੋਂ, ਜਨਾਬ ਈਸਾ ਨਕਵੀ ਸਾਹਿਬ ਦੱਸ ਰਹੇ ਨੇ, ਅਤੇ ਉਦੋਂ ਆਪਣਾ ਕੀ ਅਨੁਵਾਦ ਪੈਨ ਸਮੀ ਇਬਰਾਹਿਮ ਸਾਹਿਬ ਲਾਹੌਰ ਹਾਈ ਕੋਰਟ ਦਾ ਕਿੱਸਾ ਸੁਣਾ ਰਹੇ ਨੇ। ਉਹ ਲਾਹੌਰ ਹਾਈ ਕੋਰਟ ਵਾਲੇ ਤਾਂ ਆਖਿਆ ਵੀ ਤੁਸੀਂ ਜਿਹੜਾ ਨਾ ਉਹ ਅਗਰ ਨਾ ਇਹ ਕੀਤਾ ਅੱਗੇ ਫਾਰਮ 45 ਅਤੇ 47 ਦਾ ਰੱਫੜ ਨਾ ਖਤਮ ਕੀਤਾ ਤਾਂ ਅਸੀਂ ਵਜ਼ੀਰ ਆਲਾ ਨੂੰ ਖੁਦ ਬੁਲਾ ਲਾਂਗੇ ਇੱਥੇ। ਤਾਂ ਮੈਂ ਉਸ ਭੈਣ ਨੂੰ ਮੈਂ 50 ਵਾਰੀ ਮਿਹਨਤ ਕਰ ਚੁੱਕਾ, 5 ਸਾਲ ਹੋ ਗਏ ਮਿਹਨਤਾਂ ਕਰਦਿਆਂ ਪਿਆ, ਤੁਸੀਂ ਛੱਡੋ ਇਹਨਾਂ ਇਕਤਦਾਰਾਂ ਨੇ, ਇਹਨਾਂ ਵੱਡੇ ਬਾਜ਼ਾਰ 'ਚ ਖੋਲ੍ਹੋ ਦੁਕਾਨ, DVD ਇੱਕ ਜੀ ਆਦੀ, ਮੇਰੇ ਕੋਲ 50,000 ਵੀਡੀਓ ਨੇ, ਇੱਕ ਆਦਾ ਮੇਰੇ ਇਹਨਾਂ ਝੂਠਾਂ ਦੇ ਵੀ ਨਾ ਇਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੂੰ ਨਾ ਕੋਸ਼ਿਸ਼ ਕਰਨੀ ਚਾਹੀਦੀ, ਪਾਕਿਸਤਾਨ 'ਚ ਆਵੇ ਤਾਂ ਇਹਨਾਂ ਦੇ ਝੂਠਾਂ ਦੇ ਰਿਕਾਰਡ ਕਾਇਮ ਹੋ ਜਾਣਗੇ। ਲੇਕਿਨ ਅੱਜ ਮੈਂ 8-10 ਘੰਟੇ ਲਾ ਕੇ ਅਤੇ ਮੈਂ ਆਪਣੇ ਆਪ ਨੂੰ ਵੀਡੀਓ ਬਣਾਉਣ ਦੇ ਕਾਬਲ ਬਣਾਇਆ ਕਿ ਅੱਜ ਬਹੁਤ ਅਜ਼ੀਮ ਸਾਨੇ ਹੋ ਗਿਆ, ਪੂਰਾ ਆਲਮੇ ਇਸਲਾਮ ਔਰ ਇਨਸਾਨੀਅਤ ਆਂਸੂ ਵੀ ਬਹਾ ਰਹੀ, ਰੋ ਵੀ ਰਹੀ ਔਰ ਉਸ 'ਤੇ ਸੋਗ ਤਾਰੀ ਹੈ ਕਿ ਸਾਡੇ ਇਰਾਨ ਦੇ ਪ੍ਰੈਜ਼ੀਡੈਂਟ ਇਬਰਾਹੀਮ ਉਹ ਇਸ ਦੁਨੀਆ 'ਚ ਨਹੀਂ ਰਹੇ।